अस्सलाम वालेकुम दोस्तों, क्या हाल चाल है? ठीक ठाक हो? जैसे कि आप जानते हो आज ईद का दिन है, हमने ईद नमाज पढ़ी है। साउंड हुसैन तो आप देख रहे हैं यूट्यूब चैनल साउंड सराइकी मुंडा। हम आपको बताएंगे आज बड़ा दिन है, ईद का दिन है, ईद नमाज पढ़ के हम अपने ये चौक पे आए हैं, इधर खाने पीने के लिए चीज़ें खाने के लिए आए हैं। ये दोस्त हैं तोकीर भाई और अहसन भाई साथ हैं। अहसन भाई भाई आप सबको चावल खाने हैं तो आ जाओ, इसके चावल बहुत अच्छे हैं। यहाँ पे चावल बहुत अच्छे मिलते हैं, चावल खाने हैं तो आ जाओ। ईद का दिन है, सबको मेरी तरफ से और रोज़ों की और ईद की मुबारक। हाँ साहब मैंने पहले दे दी भैया, क्या है सब लोगों को मेरी तरफ से ईद मुबारक, रोज़ों की मुबारक। ये देखो भैया बिरयानी खा रहे हैं, आपने खानी है तो आ जाओ। माशाल्लाह हमने रोज़े भी रखे थे और ये अल्हम्दुलिल्लाह और माशाल्लाह एंजॉय कर रहे हैं। आज के दिन बड़ा दिन है ईद का। अंतवीर भाई कैसा टेस्ट है बिरयानी का? ओ भाई जबरदस्त टेस्ट है। अच्छा हाँ हसन भाई अच्छी है। अच्छा ईद के दिन हम खा रहे हैं, रोज़े कितने रखे थे? पूरे। अच्छा आपने? पता नहीं है यार। अच्छा भूल गया। ਜਿਵੇਂ ਕਿ ਤੁਸੀਂ ਜਾਣਦੇ ਪਏ ਅਸਾਂ ਈਦ ਨਮਾਜ਼ ਪੜ੍ਹਦੇ ਆ ਕੇ ਸੇ ਤੋ ਪਹਿਲੇ ਦਿਖਾਇਆ ਸੀ ਅਸਾਂ ਬਿਰਿਆਨੀ ਖਾਂਦੇ ਬੈਠੇ ਆ ਸੇ, ਹੁਣ ਅਸਾਂ ਤੇਲ ਨਹੀਂ ਦਿਖਾਉਣਾ। ਇਹ ਦੇਖੋ ਹੁਣ ਅਸਾਂ ਬੜੇਂਦੇ ਪਏ ਸੇ ਜ਼ਿੰਗਰ ਬਰਗਰ। ਤੋਕੀਰ ਭਾਈ ਅਹਿਸਨ ਭਾਈ ਔਰ ਨਦੀਮ ਭਾਈ ਮੈਂ ਅਸਾਂ ਬੜੇਂਦੇ ਪਏ ਸੇ ਜ਼ਿੰਗਰ ਬਰਗਰ, ਤੁਹਾਨੂੰ ਦਿਖਾਉਂਦੇ ਪਏ ਸੇ ਅਸਾਂ ਇੱਥੇ ਪਾਰਟੀ ਕਰਦੇ ਪਏ ਸੇ ਅੱਜ ਈਦ ਦਾ ਡੀ ਹੈ। ਅਸੀਂ ਦੇਖੋ ਅਸਾਂ ਇੱਥੇ ਕਿੰਨੀ ਮਿਹਨਤ ਕਰਦੇ ਪਏ ਹਾਂ, ਅਸਾਂ ਜ਼ਿੰਗਰ ਬਰਗਰ ਬੜੇਂਦੇ ਪਏ ਹਾਂ। ਸਾਰਾ ਸਮਾਨ ਸਮਾਨ ਗਿਣਾ ਆ ਸੇ, ਮਤਲਬ ਤਿਆਰ ਥੀ ਗਏ ਨੇ ਨਾ ਮੁਰਗੀ? ਤਿਆਰ ਥੀ ਗਈ ਤੁਕੀਰ ਭਾਈ? ਕਿੰਨੇ ਘੰਟੇ ਥੀ ਗਏ ਬਣਾਉਣ ਬੈਠੇ ਵੇ? ਅੱਛਾ 12 ਵਜੇ ਸ਼ੁਰੂ ਥੇ ਨਾ। ਅਸੀਂ ਬੰਦ ਗੋਭੀ ਕੱਪੀਆਂ ਨੇ, ਅਸੀਂ ਦੇਖੋ ਇਹ ਬਰੋਸਟ ਮਸਾਲਾ ਵੀ ਆ, ਉਹ ਦੇਖੋ ਇਹ ਤਿਆਰ ਥੀ ਗਏ ਨੇ। ਇਹ ਅਹਿਸਨ ਭਾਈ ਖੜੇ ਨੇ, ਫੈਜ਼ਾਨ ਭਾਈ ਖੜੇ ਨੇ। ਇਹ ਦੇਖੋ ਇਹ ਅਸਾਂ ਡਬਲ ਰੋਟੀ ਕਹਿੰਦਾ ਇਸੇ, ਇਹ ਬੰਦ ਗੋਭੀ ਕੱਪੀ ਪਈ ਅਸੀਂ। ਤੁਕੀਰ ਇਹ ਕਿਆ ਬੜਾ ਵੇ? ਤਿਆਰ ਇਹਦੇ ਬਾਅਦ ਅਸੀਂ ਕਹਿੰਦੇ ਪੈਣ ਖਾਣ ਵਾਲਾ ਕੰਮ ਕਰਨੇ, ਜਿਵੇਂ ਅਸੀਂ ਖਾਣ ਸ਼ੁਰੂ ਕਰੇ ਸੀ ਨਾ, ਬਸ ਦੋ ਘੁੱਟ ਖੇ ਸੋ ਇਨਸ਼ਾਅੱਲਾ ਮਜ਼ਾ ਅਸੀਂ ਤੁਸੀਂ ਵੀਡੀਓ ਨੂੰ ਇੰਜੋਏ ਕਰੋ ਸੋ, ਸਾਡੇ ਨਾਲ ਰਹੋ ਸੋ, ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੇ ਸੋ। ਸਾਵਲ ਸਰਾਇਕੀ ਮੁੰਡਾ ਅਸੀਂ ਦੇਖੋ ਹੁਣ ਅਸਾਂ ਡਬਲ ਰੋਟੀ ਦੇ ਚੜ੍ਹਨੀ ਲੈਂਦੇ ਪੈਸੇ, ਮਤਲਬ ਅਸਾਂ ਹੁਣ ਜ਼ਿੰਗਰ ਬਰਗਰ ਤਿਆਰ ਕਰਦੇ ਪੈਸੇ ਤੁਹਾਡੇ ਸਾਹਮਣੇ। ਬਰੋਸਟ ਬੜ ਗਏ ਨੇ, ਇਹ ਬੜੇ ਪੈਣ ਤੁਹਾਡੇ ਸਾਹਮਣੇ। ਹਾਂ ਦੁਬਈ ਚ ਆਏ ਬੜੇ ਕਾਰੀਗਰ, ਨਵਾਂ ਸੀ ਕਾਰੀਗਰ ਮੰਗਵਾਏ ਸੀ। ਅਸੀਂ ਦੇਖੋ ਬਰਗਰ ਤਿਆਰ ਕਰਦੇ ਪੈਸੇ। ਅਸੀਂ ਇਹ ਤਿਆਰ ਕਰਦੇ ਬੈਠੇ ਸੀ, ਜਿਹੜੇ ਅਸੀਂ ਪੜ੍ਹ ਪਏ ਸਨ ਅਸਾਂ ਜਿਹੜੇ ਖਾ ਸੋ ਮਲ ਤੋਂ ਗੁੱਡੀ ਖਿਸੋ। ਬਰੋਸਟ ਰੱਖ ਕੀਤੇ ਸੀ, ਹੁਣ ਉੱਤੇ ਸਾਡੇ ਦਿੱਤੇ ਸੀ ਮਾਈਨਸ, ਹੁਣ ਉੱਤੇ ਤੋਕੀਰ ਭਾਈ ਕਿਆ ਚੱਪੇ ਨਾ ਪਏ ਜ਼ਿੰਗਰ ਬਰਗਰ ਦੇ ਉੱਤੇ।
ਵੀਰ ਭਾਈ ਫਾਈਨਲ ਹੁਣ ਤਿਆਰ ਸ਼ਿਆਰ ਠੀਕ ਹੈ ਹੁਣ ਆਪਾਂ ਖਾਣ ਸ਼ੁਰੂ ਕਰਦੇ ਪੈਸੇ ਸਹੀ ਮੈਂ ਤਾਂ ਸ਼ੁਰੂ ਕਰਾਂ ਨਦੀਮ ਭਾਈ ਅੱਧਾ ਤਾਂ ਬਣ ਕੇ ਖਾ ਲਿਓ ਹਸਨ ਭਾਈ ਬਸ ਬਸ ਪਲ ਦੇ ਯਾਰ ਚਾਹ ਬੋ ਹੈ ਆ ਲੈ ਕਟਵਾ ਦੇ ਲੈ ਮੇਰੇ ਤਾਂ ਬੜਾ ਸਾਡੇ ਤਾਂ ਬੜਾ ਯਾਰ ਤੁਸੀਂ ਰੈਂਕ ਕਰਨਾ ਸਾ ਅਸਾ ਸੀ ਹੁਣ ਬਿਸਮਿਲਾ ਪੜਦੇ ਖਾਣ ਸ਼ੁਰੂ ਕਰਦੇ ਪਏ ਆ ਜ਼ਿੰਗਰ ਬਰਗਰ ਬੜਾ ਸੇ ਮੈਂ ਬੜੀ ਮਿਹਨਤ ਨਾਲ ਤੁਗੀਰ ਭਾਈ ਨੇ ਬੜੇ ਅਸਾਂ ਹੁਣ ਖਾ ਦੇ ਚੈੱਕ ਕਰੇ ਸੋ ਬਰਗਰ ਸਹੀ ਬੜੇ ਜਾਂ ਖਰਾਬ ਬੜੇ ਸਹੀ ਬੜਿਆ ਤਾਂ ਬਲ ਤੁਗੀਰ ਕੋਈ ਸ਼ਾਬਾਸ਼ ਦੱਸੋ ਗੁੱਡ ਭਾਈ ਅੱਛਾ ਕਰੀ ਕਰੇ ਅਗਰ ਅਗਰ ਸਹੀ ਨਾ ਬਣਿਆ ਤਾਂ ਬਲ ਡਿਠਾ ਵੇ ਸੀ ਕਿਆ ਕਹਿਣਾ ਬਲ ਇੰਦਰ ਸੈਟਿੰਗ ਬੜਾ ਦੇ ਦਿੰਦੇ ਮੈਨੂੰ ਤੁਗੀਰ ਭਾਈ ਦੇਖੋ ਬਰਗਰ ਕਿਸੇ ਬਾਹਰ ਅਸ ਰੱਖਣਾ ਜਾਂ ਖਾਣਾ ਇਹ ਤੁਮਾ ਤਰਾ ਸੇ ਉਹ ਕਿਧਰ ਜੀ ਦੋ ਭੈ ਦੇ ਹਣ ਤਲੋ ਬਈ ਠੀਕ ਨਾਲ ਸਾਰਾ ਅੱਧਾ ਤਾਂ ਟੁੱਕ ਸੋੜਾਂਗੇ ਵਿੱਚ ਜੀ ਆਏ ਸਾਰਾ ਆ ਠੀਕ ਹੈ ਖਾਵਾਂਗੇ